Z5 ऐप डाउनलोड करो ते देखो पूरे एपिसोड बिल्कुल फ्री। ओयो कुड़ी है जिसने मिठाई वाले मेले विच नरूला स्वीट दे नां नूं धूल चटा दित्ती सी। ਬਾਬੂ ਜੀ ਤੁਹਾਨੂੰ ਉਹ ਮੁਕਾਬਲਾ ਤਾਂ ਯਾਦ ਹੈ ਪਰ ਤੁਹਾਨੂੰ ਆਹ ਗੱਲ ਯਾਦ ਨਹੀਂ ਕਿ ਉਸ ਮੁਕਾਬਲੇ 'ਚ ਨਰੂਲਾ ਸਵੀਟਸ ਦੀ ਹਾਰ ਦਾ ਕਾਰਨ ਵਿਰਾਜ ਦੀ ਢਿਲਮਟ ਸੀ। ਅੱਛਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਸੀ ਕਿ ਨਰੂਲਾ ਸਵੀਟਸ ਉਸ ਕੰਪੀਟੀਸ਼ਨ ਵਿੱਚ ਮੇਰੇ ਕਰਕੇ ਹਾਰਿਆ ਸੀ। ਇਹਦਾ ਮਤਲਬ ਜਿਹੜੇ ਘਾਟੇ ਵਿੱਚ ਸਾਡੇ ਸ਼ੋਰੂਮ ਨੇ ਉਹਦਾ ਵੀ ਕਸੂਰ ਮੇਰਾ ਹੀ ਹੋਣਾ ਹੈ ਨਾ। ਇਹ ਤਾਂ ਗੁੱਸਾ ਹੀ ਕਰ ਗਿਆ ਕਿਤੇ ਖਾਤਿਆਂ 'ਚ ਗੜਬੜ ਵਾਲੀ ਗੱਲ ਵੀ ਨਾ ਵਕ ਦਵੇ ਇੱਥੇ। ਜੇ ਤੂੰ ਉਦੋਂ ਸਭ ਕੁਛ ਛੱਡ ਕੇ ਨਾ ਭੱਜਿਆ ਹੁੰਦਾ ਤਾਂ ਜੇ ਸਭ ਕੁਛ ਸਾਡੇ ਹੱਥ 'ਚ ਹੋਣਾ ਸੀ। ਪਰ ਉਦੋਂ ਤਾਂ ਮੇਰੇ ਉੱਤੇ ਦੋਸ਼ ਸੀ ਨਾ ਕਿ ਮੈਂ ਫਰੌਡ ਹਾਂ, ਧੋਖੇਬਾਜ਼ ਹਾਂ। ਤੇ ਹੁਣ ਮੈਂ ਜਦੋਂ ਸਾਰੇ ਘਾਟੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਤੁਸੀਂ ਮੇਰੇ ਉੱਤੇ ਨਜ਼ਰ ਰੱਖਦੇ ਹੋ, ਹਮੇਸ਼ਾ ਮੇਰੀ ਗਲਤੀ ਲੱਭਣ ਦੀ ਕਰਦੇ ਹੋ। ਫਿਰ ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਕਰਾਂ, ਇਹ ਕੰਮ ਕਿੱਦਾਂ ਕਰਾਂ ਸਾਰੇ, ਤੇ ਕਿਵੇਂ ਸ਼ੋਰੂਮ ਫਾਇਦੇ 'ਚ ਲਿਆਵਾਂ। ਤੁਹਾਨੂੰ ਦੱਸਣ ਦਾ ਕੁਛ ਫਾਇਦਾ ਵੀ ਨਹੀਂ ਹੈਗਾ ਕਿਉਂਕਿ ਤੁਹਾਨੂੰ ਤਾਂ ਮੇਰੇ 'ਤੇ ਵਿਸ਼ਵਾਸ ਵੀ ਨਹੀਂ ਹੈ ਨਾ। ਕਿੱਦਾਂ ਜ਼ੁਬਾਨ ਚੱਲਦੀ ਹੈ ਇਹਦੀ, ਇਹ ਕਹਿਣਾ ਕੀ ਚਾਹੁੰਦਾ ਸੀ? ਉਹ ਠੰਡ ਰੱਖੋ ਬਲਦੇਵ ਭਾ, ਠੰਡ ਰੱਖੋ। ਮੈਂ ਕਰਦਾ ਇਹਦੇ ਨਾਲ ਗੱਲ। ਇੰਦਰ ਭਾਅ ਜੀ, ਤੁਸੀਂ ਜਿਹੜੀ ਗੱਲ ਜਦੋਂ ਕਰਨੀ ਹੈ ਕਰ ਲਿਓ, ਪਰ ਇੱਕ ਗੱਲ ਮੇਰੀ ਸੁਣ ਲਓ। ਜੇ ਬਾਊ ਜੀ ਨੇ ਨਰੂਲਾ ਸਵੀਟਸ ਦਾ ਨਾਂ ਇਹ ਕੁੜੀ ਨਾਲ ਜੋੜਿਆ ਤਾਂ ਮੈਂ ਕੁਛ ਨਹੀਂ ਕਰਨਾ, ਸਭ ਕੁਛ ਛੱਡ ਕੇ ਰਿਟਾਇਰ ਹੋ ਕੇ ਘਰ ਬੈਠ ਜਾਣਾ। ਰਣਵੀਰ, ਮੈਂ ਤੈਨੂੰ ਕਿਹਾ ਸੀ ਇਹ ਰੀਤ ਬਹੁਤ ਸਕੀਮੀ ਹੈ। ਬਾਊ ਜੀ ਨੇ ਇਹਨੂੰ ਪੁੱਛਿਆ, ਦੇਖਿਆ ਕਿਵੇਂ ਆਪਣਾ ਇਮੋਸ਼ਨਲ ਲੈਕਚਰ ਝਾੜ ਦਿੱਤਾ ਇਹਨੇ। ਇਹ ਤਾਂ ਬਾਊ ਜੀ ਆਪਣੇ ਇਰਾਦੇ ਦੇ ਹੋਰ ਪੱਕੇ ਹੋ ਜਾਣਗੇ। ਇਹੀ ਹੁੰਦਾ ਹੈ ਰਿਵਰਸ ਸਾਈਕੋਲੋਜੀ ਦਾ ਫੰਡਾ। ਦੇਖ ਰਣਵੀਰ, ਤੈਨੂੰ ਕੁਛ ਕਰਨਾ ਪਏਗਾ, ਅਦਰਵਾਈਜ਼ ਜੇ ਬਾਊ ਜੀ ਨੇ ਰੀਤ ਨੂੰ ਬਿਜ਼ਨਸ ਦੇ ਦਿੱਤਾ ਫਿਰ। I really don't care about it. ਮੈਨੂੰ ਸੱਚੀ ਕੋਈ ਫਰਕ ਨਹੀਂ ਪੈਂਦਾ ਕਿ ਬਿਜ਼ਨਸ ਦਾ ਕੀ ਹੁੰਦਾ ਤੇ ਕੀ ਨਹੀਂ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।